ਕਿਹੜੀ ਚੀਜ਼ ਗੁਰੂ ਨੂੰ ਭੇਂਟ ਕਰੀਏ ਕਿ ਗੁਰੂ ਤੁਹਾਡੇ ਨਾਲ, ਰੱਬ ਤੁਹਾਡੇ ਨਾਲ ਪਿਆਰ ਕਰਨ ਲੱਗ ਜਾਏ। ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਭੇਟਾ ਦੱਸੀ, ਜਦੋਂ ਕਹਿਣਗੇ ਫੇਰ ਕੇ ਅੱਗੇ ਰੱਖੀਏ, ਪੜੋ ਫੇਰ ਕੇ ਅੱਗੇ ਰੱਖੀਏ, ਜਿੱਤ ਦਿਸੈ ਦਰ ਮੋਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ, ਉਹ ਵੀ ਪਿਆਰ ਧਰੇ ਨਾ ਸਾਡੇ ਅੰਦਰ, ਉਹ ਭਾਓ ਉਹ ਪ੍ਰੇਮ ਉਸ ਲੈਵਲ ਤੱਕ ਚਲਾ ਜਾਏ ਕਿ ਉਹ ਵੀ ਪ੍ਰੇਮ ਕਰਨ ਲੱਗ ਜਾਏ। ਤਾਂ ਕਿਹੜੀ ਭੇਟਾ, ਕੀ ਕੋਈ 10-20-50 ਰੁਪਏ ਗੋਲਕ ਵਿੱਚ ਪਾਉਣ ਨਾਲ ਠੀਕ ਹੋ ਗਿਆ ਕੰਮ? ਕੀ ਜਪਜੀ ਸਾਹਿਬ ਪੜ੍ਹ ਲਿਆ ਰੋਜ਼, ਬਸ ਇੱਥੋਂ ਤੱਕ ਫਿਨਿਸ਼ ਹੈ, ਇਹਦੇ ਨਾਲ ਪ੍ਰੇਮ ਪੈਦਾ ਹੋ ਜਾਂਦਾ? ਸਾਹਿਬ ਨੇ ਕਿਹਾ ਨਹੀਂ, ਇੱਕ ਭੇਟਾ ਤੈਨੂੰ ਦੇਣੀ ਪੈਣੀ ਹੈ, ਪੜੋ ਫੇਰ ਕੇ ਅੱਗੇ ਰੱਖੀਏ, ਜਿੱਤ ਦਿਸੈ ਦਰ ਮੋਕੇ ਬੋਲਣ ਬੋਲੀਏ, ਜਿੱਤ ਸੁਣ। ਹੁਣ ਭੇਟਾ ਗੁਰੂ ਨੇ ਦੱਸੀ, ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਇੱਕ ਭੇਟਾ ਰੱਬ ਨੂੰ ਗੁਰੂ ਨੂੰ ਚਾਹੀਦੀ ਹੈ, ਉਹ ਕੀ ਹੈ? ਸਵੇਰੇ ਦਿਨ ਚੜ੍ਹਨ ਤੋਂ 2-2.5-3 ਘੰਟੇ ਪਹਿਲਾਂ, ਦਿਨ ਚੜ੍ਹਨ ਤੋਂ 2-3 ਘੰਟੇ ਪਹਿਲਾਂ ਜਿਹੜੀ ਤੈਨੂੰ ਮਿੱਠੀ ਜਿਹੀ ਨੀਂਦ ਆਉਂਦੀ ਹੈ, ਉਹ ਗੁਰੂ ਨੂੰ ਭੇਟਾ 'ਚ ਦੇ ਦੇ। ਤੈਨੂੰ ਅੰਮ੍ਰਿਤ ਵੇਲਾ ਗੁਰੂ ਨੂੰ ਦੇਣਾ ਪੈਣਾ, ਉਸ ਮਿੱਠੀ ਨੀਂਦ ਨੂੰ ਤਿਆਗਣਾ ਪੈਣਾ। ਪੂਰੀ ਰਾਤ ਦੀ ਨੀਂਦ ਨਾਲੋਂ, ਸਭ ਨਾਲੋਂ ਮਿੱਠੀ ਨੀਂਦ ਪਤਾ ਕਿਹੜੀ ਹੈ? ਜਿਹੜੀ ਸਵੇਰੇ 3-4 ਵਜੇ ਸ਼ੁਰੂ ਹੁੰਦੀ ਹੈ, ਉਹ ਸਭ ਤੋਂ ਮਿੱਠੀ ਨੀਂਦ ਹੈ। ਤੁਸੀਂ ਸੈਂਕੜੇ ਲੋਕ ਵੇਖੋਗੇ, ਤੁਹਾਡਾ ਵੀ ਤਜਰਬਾ ਰਹਿਣਾ, ਅਲਾਰਮ ਲਾ ਕੇ ਲੋਕ ਸੌਂ ਜਾਂਦੇ ਨੇ, 4 ਵਜੇ ਅਲਾਰਮ ਵੱਜਦਾ, ਬੰਦ ਕਰਕੇ ਕਹਿਣਗੇ 5 ਕੁ ਮਿੰਟ ਸੌਂ ਲਾ, ਫਿਰ ਤਾਂ 7 ਵੱਜ ਜਾਂਦੇ ਨੇ, ਫਿਰ ਤਾਂ 6 ਵਜੇ ਉੱਠਦੇ ਨੇ, ਇੰਨੀ ਮਿੱਠੀ ਨੀਂਦ। ਹਜ਼ੂਰ ਨੇ ਕਿਹਾ ਇਹ ਤਿਆਗਣੀ ਪਏਗੀ, ਇਹ ਅੰਮ੍ਰਿਤ ਵੇਲਾ ਗੁਰੂ ਨੂੰ ਦੇ। ਜਿੰਨੀ ਦੇਰ ਨਿਯਮ ਨਹੀਂ ਬਣਦਾ, ਉਨੀ ਦੇਰ ਪ੍ਰੇਮ ਪੈਦਾ ਨਹੀਂ ਹੁੰਦਾ। ਹਾਂ, ਉਹ ਅਵਸਥਾ ਅਗਲੀ ਕਲਾਸ ਹੈ ਜਿੱਥੇ ਨਿਯਮ ਥੱਲੇ ਰਹਿ ਜਾਂਦੇ ਨੇ, ਪ੍ਰੇਮ ਬਹੁਤ ਉੱਚਾ ਚਲੇ ਜਾਂਦਾ। ਤੁਹਾਨੂੰ ਕਈਆਂ ਇਹ ਵੀ ਸੁਣਾਇਆ ਤੇ ਸਿਖਾਇਆ ਹੋਣਾ ਕਿ ਜਦੋਂ ਨਾਮ ਜਪੋ ਉਦੋਂ ਹੀ ਅੰਮ੍ਰਿਤ ਵੇਲਾ, ਜਦੋਂ ਬਾਣੀ ਪੜੋ ਭਾਈ ਉਦੋਂ ਹੀ ਅੰਮ੍ਰਿਤ ਵੇਲਾ। ਸਾਧ ਸੰਗਤ ਤੋਂ ਕਲਾਸ ਹੋਰ ਹੈ, ਉਹ ਸਾਡੀ ਨਹੀਂ। ਅਸੀਂ ਅਜੇ ਨਰਸਰੀ, ਪ੍ਰੀ ਨਰਸਰੀ, LKG ਉਹਨਾਂ ਕਲਾਸਾਂ ਵਿੱਚ ਬੈਠੇ ਹਾਂ ਜਿੱਥੋਂ ਸ਼ੁਰੂਆਤ ਕਰਨੀ ਹੈ। ਇੱਥੇ ਨੇਮ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਇੱਕ ਕਲਾਸ ਉਹ ਹੈ ਜਿੱਥੇ ਨੇਮ ਥੱਲੇ ਰਹਿ ਜਾਂਦਾ, ਜਿਹਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਪ੍ਰੇਮ ਕੋ ਪ੍ਰਭਾਵ ਹੈ ਸੋ ਪ੍ਰੇਮ ਤਹਾਂ ਨੇਮ ਕੈਸੋ। ਜਦੋਂ ਪ੍ਰੇਮ ਦਾ ਪ੍ਰਭਾਵ ਵੱਧ ਜਾਂਦਾ ਉਦੋਂ ਨੇਮ ਥੱਲੇ ਰਹਿ ਜਾਂਦਾ, ਪਰ ਉਸ ਸੀਮਾ ਤੱਕ ਪਹੁੰਚਣ ਵਾਸਤੇ ਨੇਮ ਪਹਿਲਾਂ ਅਤਿਅੰਤ ਜ਼ਰੂਰੀ ਹੈ। ਪਹਿਲੀ ਕਲਾਸ ਦੇ ਬੱਚੇ ਨੂੰ ਟੀਚਰ ਵਾਈ ਸਨੈਪ ਪੜਾਉਂਦਾ, ਏ ਫਾਰ ਐਪਲ, ਵੀ ਫਾਰ ਬੈਟ, ਸੀ ਫਾਰ ਕੈਟ। ਜਦੋਂ ਦੀਆਂ ਕਲਾਸਾਂ ਵੱਡੀਆਂ ਹੋ ਜਾਂਦੀਆਂ ਨੇ, ਹੁਣ ਉਹ ਤਸਵੀਰ ਦਿਖਾਉਣ ਦੀ ਲੋੜ ਨਹੀਂ, ਉਹ ਪਹਿਲਾਂ ਤਸਵੀਰ ਦਿਖਾ ਕੇ ਅੱਖਰ ਮਨ 'ਚ ਵਸਾਉਂਦਾ। ਜਦੋਂ ਅੱਖਰ ਵਸ ਜਾਂਦੇ ਨੇ ਵੱਡੀਆਂ ਕਲਾਸਾਂ ਦੇ ਸਾਹਮਣੇ, ਉਹ ਟੀਚਰ ਪੈਰਾਗ੍ਰਾਫ ਬੋਲਦਾ, ਉਹ ਲਿਖੀ ਜਾਂਦਾ। ਹੁਣ ਦੱਸਣ ਦੀ ਲੋੜ ਨਹੀਂ ਕਿ ਸੀ ਲਿਖੋ, ਸੀ ਫਾਰ ਕੈਟ ਵਾਲੀ, ਨੋ, ਦੱਸਣਾ ਹੀ ਨਹੀਂ, ਅੱਖਰ ਵਸ ਗਿਆ। ਸੋ ਸ਼ੁਰੂਆਤ ਵਿੱਚ ਨਿਯਮ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਜਿਹੜੇ ਲੋਕ ਕਹਿੰਦੇ ਨੇ ਬਿਨਾਂ ਨਿਯਮ ਤੋਂ ਪ੍ਰੇਮ ਹੋ ਜਾਏਗਾ, ਹੋਏ ਨਹੀਂ ਸਕੇਗਾ ਕਦੇ। ਇਸੇ ਲਈ ਸਾਹਿਬ ਨੇ ਕਿਹਾ ਸ਼ੁਰੂਆਤ ਕਰ, ਕੀ ਕਰ? ਇੱਕ ਭੇਟਾ ਦੇ, ਅੰਮ੍ਰਿਤ ਵੇਲਾ ਸੱਚ ਨਾਉ, ਬੋਲੋ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵੀ
ਫਿਰ ਗੁਰੂ ਨੇ ਸੁਚੇਤ ਕੀਤਾ, ਉੱਠਦਿਆਂ ਸਾਰ ਤੇਰੀ ਸੁਰਤ ਇੱਧਰ ਉੱਧਰ ਨਹੀਂ ਜਾਣੀ ਚਾਹੀਦੀ। ਅੰਮ੍ਰਿਤ ਵੇਲਾ ਕਿਉਂ ਦਿੱਤਾ? ਉਸ ਵਕਤ ਤੁਹਾਡਾ ਸਰੀਰ ਵੀ ਤਾਜ਼ਾ, ਕਿਉਂਕਿ ਤੁਸੀਂ 7-8 ਘੰਟੇ 6 ਘੰਟੇ ਨੀਂਦ ਲੈ ਕੇ ਹਟੇ ਹੋ, ਤੁਹਾਡੀ ਸੁਰਤ ਵੀ ਖਾਲੀ ਹੈ। ਤੁਹਾਨੂੰ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਕਹਿਣਗੇ ਕਿ ਭਾਈ ਜੇ ਕਿਸੇ ਨੇ ਆਪਣਾ BP ਚੈੱਕ ਕਰਨਾ ਹੈ, ਮੈਂ ਬਾਹਰ ਵਿਦੇਸ਼ਾਂ ਵਿੱਚ ਵੀ ਵੇਖਿਆ, ਇੱਥੇ ਤਾਂ ਲੋਕ 10 ਵਜੇ ਰੋਟੀਆਂ ਖਾ ਕੇ BP ਚੈੱਕ ਕਰਾਉਂਦੇ ਨੇ। ਉੱਧਰਲੇ ਡਾਕਟਰ ਕਹਿਣਗੇ ਸਵੇਰੇ ਉੱਠਦਿਆਂ ਸਾਰ ਪਹਿਲਾਂ ਆਪਣਾ BP ਔਰ ਸ਼ੂਗਰ ਚੈੱਕ ਕਰੋ, ਉੱਠਦਿਆਂ ਸਾਰ ਕੀ ਸ਼ੂਗਰ ਲੈਵਲ ਹੈ, ਕੀ BP ਲੈਵਲ ਹੈ, ਉਹ ਸਹੀ ਦਾ ਐਕੋਰੇਟ ਸਰੀਰ ਦਾ ਸਿਸਟਮ ਹੈ। ਕਿਉਂਕਿ ਉਦੋਂ ਤੁਸੀਂ ਨੋਰਮਲ ਸਰੀਰ ਨੀਂਦ ਲੈ ਕੇ ਉੱਠੇ ਹੋ, ਉਦੋਂ ਸਰੀਰ ਦੇ ਸਾਰੇ ਤੱਤ ਖਾਧਾ ਹੋਇਆ ਭੋਜਨ ਸਹੀ ਸਹੀ ਜਗ੍ਹਾ 'ਤੇ ਪਹੁੰਚ ਗਿਆ, ਤੁਸੀਂ ਬਿਲਕੁਲ ਖਾਲੀ ਪੇਟ ਹੋ, ਉਦੋਂ ਸਭ ਕੁਝ ਖਾਧਾ ਹੋਇਆ ਆਪੋ ਆਪਣੀ ਜਗ੍ਹਾ 'ਤੇ, ਪ੍ਰੋਟੀਨ ਵਿਟਾਮਿਨ ਜੋ ਕੁਝ ਵੀ ਸੀ ਉਹ ਖਾਧਾ ਭੋਜਨ ਪਹੁੰਚ ਗਿਆ ਆਪਣੀ ਜਗ੍ਹਾ 'ਤੇ, ਹੁਣ ਚੈੱਕ ਕਰੋ ਤੁਹਾਡਾ ਲੈਵਲ ਕੀ। ਇਸ ਨੂੰ ਸਾਹਿਬ ਨੇ ਕਿਹਾ ਸਰੀਰ ਕਰਕੇ ਤਾਜ਼ਾ ਹੋ ਗਿਆ, 6 ਘੰਟੇ 5 ਘੰਟੇ 8 ਘੰਟੇ ਨੀਂਦ ਲੈ ਲਈ ਹੈ, ਸੁਰਤ ਕਰਕੇ ਤਾਜ਼ਾ, ਤੈਨੂੰ ਕਿਸੇ ਦਾ ਫੋਨ ਨਹੀਂ ਆਉਣਾ, ਕਿਸੇ ਦੀ ਚਿੰਤਾ ਨਹੀਂ। ਉਦੋਂ ਉੱਠਦਿਆਂ ਸਾਰ ਤੇਰਾ ਫਸਟ ਵਰਕ, ਪਹਿਲਾਂ ਕੰਮ ਐਵਰੀ ਡੇ ਇਹ ਹੋਣਾ ਚਾਹੀਦਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ। ਭਲਕੇ ਉੱਠ, ਉੱਠਦਿਆਂ ਸਾਰ ਸਵੇਰੇ ਪਹਿਲਾਂ ਕੰਮ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਬਰਬਾਦੀ, ਇਸ਼ਨਾਨ ਕਰੇ ਅੰਮ੍ਰਿਤ ਸਰ। ਪਰ ਭਾਈ ਉੱਠਦਿਆਂ ਸਾਰ ਪਹਿਲਾਂ ਨਾਮ ਜਪੀ, ਗੁਰੂ ਨੇ ਕਿਹਾ ਉੱਠਦਿਆਂ ਸਾਰ ਤੇਰੀ ਰਸਨਾ ਤੇ ਜ਼ੁਬਾਨ ਤੇ ਪਹਿਲਾ ਸ਼ਬਦ ਫਸਟ ਵਰਕ ਇਹ ਹੋਣਾ ਚਾਹੀਦਾ, ਤੇਰੀ ਜ਼ੁਬਾਨ ਤੇ ਉੱਠਦਿਆਂ ਸਾਰ ਆਵੇ ਸਤਨਾਮ ਸ੍ਰੀ। ਇਹ ਤਾਂ ਨਹੀਂ ਲਿਖਿਆ ਵੀ ਉੱਠਦਿਆਂ ਸਾਰ ਪਹਿਲਾਂ ਵਟਸਐਪ ਚਲਾਵੇ, ਚੁੱਕਦੇ ਤਾਂ ਤੁਸੀਂ ਮੋਬਾਈਲ ਚੁੱਕ ਕੇ ਬਹਿ ਜਾਂਦੇ ਹੋ, ਦੁਨੀਆਂ ਦੀਆਂ ਖਬਰਾਂ ਪਹਿਲਾਂ ਪੜ੍ਹ ਲਈਆਂ, ਰੱਬ ਦੀ ਖਬਰ ਕਿੱਥੋਂ ਲਾਉਂਗੇ? ਰੱਬ ਦੀ ਉਹ ਖਬਰ ਉਦੋਂ ਵਸੇਗੀ ਜਦੋਂ ਸੁਰਤ ਖਾਲੀ ਹੈ। ਜੇ ਉੱਠਦਿਆਂ ਸਾਰ ਦੁਨੀਆਂ ਦੀ ਖਬਰ ਸੁਰਤ ਵਿੱਚ ਚਲੀ ਗਈ, ਹੁਣ ਸ਼ਬਦ ਉਹ ਸੁਰਤ ਵਿੱਚ ਨਹੀਂ ਜਾਏਗਾ। ਇਸ ਲਈ ਸਾਹਿਬ ਨੇ ਇਹ ਅਭਿਆਸ ਦਿੱਤਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਤੁਸੀਂ ਗੁਰੂ ਦੀ ਰੱਬ ਦੀ ਭਾਖਿਆ ਭਾਵ ਭਾਸ਼ਾ ਸਿੱਖ ਲਓਗੇ, ਇਹਦੇ ਨਾਲ ਸਿੱਖ ਗੁਰੂ ਨੂੰ ਪਿਆਰ ਕਰਨ ਲੱਗ ਪੈਂਦਾ ਤੇ ਗੁਰੂ ਸਿੱਖ ਨੂੰ ਪਿਆਰ ਕਰਦਾ। ਜਦੋਂ ਪ੍ਰੇਮ ਸ਼ੁਰੂ ਹੋ ਜਾਏ ਉਸ ਤੋਂ ਬਾਅਦ ਸਾਧ ਸੰਗਤ ਫਿਰ ਇਹ ਚੀਜ਼ ਸ਼ੁਰੂ ਹੁੰਦੀ ਹੈ, ਤੁਸੀਂ ਇੱਕ ਦੂਜੇ ਨੂੰ ਸਮਝ ਜਾਂਦੇ ਹੋ, ਇੱਕ ਦੂਜੇ ਦੇ ਸੁਭਾਅ ਨੂੰ ਪਾ ਲੈਂਦੇ ਹੋ, ਗੁਰੂ ਕੀ ਚਾਹੁੰਦਾ ਇਹ ਤੁਹਾਨੂੰ ਪਤਾ ਲੱਗ ਜਾਏਗਾ, ਗੁਰੂ ਦਾ ਕੀ ਉਪਦੇਸ਼ ਹੈ ਉਦੋਂ ਸੁਰਤ ਨੂੰ ਸੁਣਨਾ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਨਹੀਂ, ਦੋ ਗੱਲਾਂ ਇਕੱਠੀਆਂ ਗੁਰੂ ਨੇ ਦਿੱਤੀਆਂ ਨੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਗ੍ਰੰਥ ਸ਼ੁਰੂ ਕੀਤਾ ਨਾਲ ਹੀ ਪੰਥ ਸ਼ੁਰੂ ਕੀਤਾ। ਜੇ ਸਾਹਿਬ ਨੇ ਇੱਕੋ ਓਅੰਕਾਰ ਤੋਂ ਜਪਜੀ ਸਾਹਿਬ ਆਰੰਭ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਰੰਭ ਹੋਈ ਹੈ, ਜਦੋਂ ਬਾਣੀ ਉਚਾਰਨ ਕਰਨੀ ਸ਼ੁਰੂ ਕੀਤੀ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗ੍ਰੰਥ ਦੇ ਨਾਲ ਪੰਥ ਵੀ ਸ਼ੁਰੂ ਕੀਤਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹ ਪੰਥ ਦਾ ਅਰਥ ਹੈ ਰਸਤਾ, ਸਾਹਿਬ ਨੇ ਉਹ ਰਸਤਾ ਵੀ ਦੱਸਿਆ ਭਾਈ ਮੰਜ਼ਿਲ ਤੇ ਕਿਵੇਂ ਪਹੁੰਚਣਾ, ਮੰਜ਼ਿਲ ਨਾਲੋਂ ਅਤਿਅੰਤ ਜਾਣਨਾ ਜ਼ਰੂਰੀ ਰਸਤਾ ਹੈ। ਤੁਸੀਂ ਕਿਸੇ ਜਗ੍ਹਾ ਤੇ ਜਾਂਦੇ ਹੋ ਪਹਿਲਾਂ ਉੱਥੋਂ ਰਸਤਾ ਪੁੱਛਦੇ ਹੋ, ਕਿੱਧਰ 'ਚ ਆਈਏ ਜੀ, ਤੁਰਨ ਲੱਗਿਆਂ ਪਹਿਲਾਂ ਨੈਵੀਗੇਸ਼ਨ ਲਾਉਂਦੇ ਹੋ, ਕਿਹੜਾ ਰਸਤਾ ਸਹੀ ਰਹੇਗਾ ਉਸ ਮੰਜ਼ਿਲ ਤੱਕ। ਜਿਨ੍ਹਾਂ ਲੋਕਾਂ ਨੇ ਰਸਤੇ ਗਲਤ ਚੂਜ਼ ਕਰ ਲਏ ਉਹ ਜ਼ਿੰਦਗੀ ਵਿੱਚ ਮੰਜ਼ਿਲ 'ਤੇ ਕਦੇ ਨਹੀਂ ਪਹੁੰਚ ਸਕੇ। ਸਭ ਤੋਂ ਪਹਿਲਾਂ ਜ਼ਰੂਰੀ ਹੈ ਰਸਤਾ ਸਹੀ ਚੂਜ਼ ਹੋਣਾ ਚਾਹੀਦਾ। ਜਿਨ੍ਹਾਂ ਲੋਕਾਂ ਦਾ ਪੰਥ ਗਲਤ ਹੋ ਗਿਆ ਸਾਧ ਸੰਗਤ
ਉਹ ਕਦੇ ਵੀ ਉਸ ਗ੍ਰੰਥ ਤੱਕ ਨਹੀਂ ਪਹੁੰਚ ਸਕੇ, ਮੰਜ਼ਿਲ ਤੱਕ ਪਹੁੰਚ ਹੀ ਨਹੀਂ ਸਕੇ। ਇਸ ਲਈ ਪਹਿਲਾਂ ਰਸਤਾ ਸਹੀ ਹੋਣਾ ਚਾਹੀਦਾ। ਰਸਤੇ ਬਦਲਣ ਵਾਲੇ ਲੋਕ ਰਸਤਿਆਂ ਵਿੱਚ ਹੀ ਰਹਿ ਜਾਂਦੇ ਨੇ। ਸਾਧ ਸੰਗਤ ਡਾਕਟਰ ਸਰ ਇਕਬਾਲ ਨੇ ਇੱਕ ਗੱਲ ਲਿਖੀ, ਕਹਿੰਦਾ ਮਸਜਿਦ ਜਾਂ ਗੁਰਦੁਆਰਾ ਮੰਦਰ ਸਾਰਿਆਂ ਲਈ ਸਾਂਝੀ ਹੁੰਦੀ ਹੈ ਗੱਲ ਧਰਮ ਦੀ, ਮਸਜਿਦ ਬਣਾਉਣੀ ਕੋਈ ਔਖੀ ਨਹੀਂ, ਇੱਟਾਂ ਸੁੱਟੀਆਂ ਪੈਸੇ ਇਕੱਠੇ ਕੀਤੇ ਮਸਜਿਦ ਬਣਾ ਲਈ। ਪਰ ਇਹ ਪੁਰਾਣਾ ਪਾਪੀ ਜਨਮਾਂ ਜਨਮਾਂ ਦਾ ਮਨ ਕਿਤੇ ਉਸ ਮਸਜਿਦ ਵਿੱਚ ਨਵਾਜ਼ ਪੜ੍ਹਨ ਲੱਗ ਜਾਏ, ਕਿਤੇ ਸਰੀਰ ਨੂੰ ਮਸਜਿਦ ਸਮਝ ਕੇ ਅੰਦਰ ਇਹ ਮਨ ਨਵਾਜ਼ ਅਦਾ ਕਰਨ ਲੱਗ ਜਾਏ, ਫਿਰ ਬਾਹਰਲੀ ਇਹ ਬਣੀ ਹੋਈ ਮਸੀਤ ਵੀ ਉਹਦੇ ਲਈ ਭਲੀ ਹੈ। ਜੇ ਇਸ ਸਰੀਰ ਦੀ ਮਸੀਤ 'ਚੋਂ ਨਵਾਜ਼ ਨਾ ਆਈ, ਆ ਬਾਹਰਲੀ ਮਸੀਤ ਵਿੱਚ ਸਿਰ ਝੁਕਾਉਣਾ ਬਿਰਥ ਚਲਾ ਜਾਏਗਾ। ਮਸਜਿਦ ਤੋਂ ਬਣਾ ਦੀ ਸ਼ਬਰ ਮੇਂ ਇਮਾਂ ਕੀ ਹਰਾਰਤ ਬਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਵਰਸੋਂ ਮੇਂ ਨਵਾਜੀ ਬਣ ਨਾ ਸਕਾ, ਸਾਲਾਂ ਦੇ ਸਾਲ ਗੁਜ਼ਰ ਗਏ, ਮਨ ਨਵਾਜੀ ਨਹੀਂ ਹੋਇਆ, ਸਿਰ ਝੁਕਦਾ ਰਿਹਾ।